ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅਸੀਂ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਹੋ ਤੇ ਵਾਦਦੇ ਹਾਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਬਿਜਲੀ ਦੀਆਂ ਦਰਾਂ ਸੰਬੰਧੀ ਆਇਆ ਨਵਾਂ ਅਪਡੇਟ ਧਿਆਨ ਦੇ ਨਾਲ ਸੁਣੋ ਤਾਂ ਦੋਸਤੋ ਪੰਜਾਬ ਦੇ ਵਿੱਚ ਬਿਜਲੀ ਦੀਆਂ ਦਰਾਂ ਦੇ ਵਿੱਚ ਹਾਜੇ ਕੋਈ ਵੀ ਵਾਦਾ ਨਹੀਂ ਹੋਇਆ ਤੇ ਇਸ ਦੇ ਲਈ ਪ੍ਰਾਣੀਆਂ ਕੀਮਤਾਂ ਹੀ ਪੰਜਾਬ ਦੇ ਵਿੱਚ ਫਿਲਹਾਲ ਲਾਗੂ ਰਹਿਣਗੀਆਂ ਤੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਵੀ ਬਿਜਲੀ ਦੇ ਬਿੱਲ ਆਉਣਗੇ ਤੇ ਉਹਨਾਂ ਦੇ ਪਿਛਲੇ ਸਾਲ ਵਾਲੇ ਤੈਅ ਕੀਤੇ ਗਏ ਬਿਜਲੀ ਦੇ ਰੇਟ ਹੀ ਚੱਲਣਗੇ ਤੇ ਇਹ ਵੱਡੀ ਰਾਹਤ ਪੰਜਾਬ ਦੇ ਲੋਕਾਂ ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਤੋਂ ਮਿਲਿਆ ਹਾਲਾਂਕਿ ਇਹ ਰਾਹਤ ਪੂਰੇ ਸਾਲ ਭਰ ਚੱਲੇਗੀ ਜਾਂ ਫਿਰ 13 ਮਈ ਤੋਂ ਬਾਅਦ ਇਸ ਵਿੱਚ ਕੋਈ ਫੇਰ ਬਦਲ ਹੋ ਜਾਵੇਗਾ ਇਸ ਸੰਬੰਧੀ ਫੈਸਲਾ ਮਈ ਦੇ ਤੀਜੇ ਹਫਤੇ ਹੀ ਆਵੇਗਾ ਜਲੰਧਰ ਦੇ ਕੰਪਨੀ ਬਾਗ ਦੇ ਨੇੜੇ ਵਾਪਰੀ ਵੱਡੀ ਵਾਰਦਾਤਾਂ ਬੈਂਕ ਦੇ ਵਿੱਚ ਗਏ ਵਿਅਕਤੀ ਦੇ ਕੋਲੋਂ 4 ਲੱਖ ਰੁਪਏ ਲੁੱਟੇ। ਯਾਹ ਦੋਸਤੋ ਜਲੰਧਰ ਦੇ ਵਿੱਚ ਅੱਜ ਸਵੇਰੇ ਇਲਾਹਾਬਾਦ ਬੈਂਕ ਵਿੱਚ ਪੈਸੇ ਜਮਾ ਕਰਵਾਉਣ ਆਏ ਬਜ਼ੁਰਗ ਵਿਅਕਤੀ ਤੋਂ ਇੱਕ ਨੌਜਵਾਨ ਸ਼ਰਬਾਜ ਚੱਕਮਾ ਦੇ ਕੇ 4 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਬੈਂਕ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਤੇ ਦੱਸਿਆ ਜਾ ਰਿਹਾ ਕਿ ਰਾਜਨ ਇੰਡਸਟਰੀ ਦੇ ਮਾਲਕ ਦੇ ਕੋਲੋਂ ਨਾਸ਼ਰ ਬਾਜਾ ਬੈਂਕਾ ਫਾਰਮ ਭਾਰਨ ਦੇ ਆੜ ਦੇ ਵਿਚਾਰ ਪਏ ਲੈ ਕੇ ਪ੍ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਸਾਰੇ ਥਾਣਾ ਨੰਬਰ 4 ਦੇ ਪੁਲਿਸ ਮੌਕੇ ਤੇ ਪਹੁੰਚ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਿਸ ਮੁਲਜ਼ਮਾ ਦੇ ਪਛਾਣ ਕਰਨ ਦੇ ਲਈ ਬੈਂਕ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰਾ ਦੀ ਫੁਟੇਜ ਨੂੰ ਸਕੈਨ ਕਰ ਰਹੀ ਹੈ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟੇ ਵਾਲੇ ਬਟਨ ਨੂੰ ਦਬਕ ਕੇ ਆਲਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜਲੰਧਰ ਜਿਮਣੀ ਚੋਣ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਹਲਚਲ ਸਾਬਕਾ ਵਿਧਾਇਕ ਨੂੰ ਪਾਰਟੀ ਵਿੱਚੋਂ ਕੱਢਿਆ ਹੁਣ ਆਪ ਵਿੱਚ ਹੋ ਸਕਦਾ ਹੈ ਸ਼ਾਮਲ ਤਾਂ ਦੋਸਤੋ ਜਲੰਧਰ ਲੋਕ ਸਭਾ ਜਿਮਣੀ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਅੰਦਰ ਬਾਗੀ ਸੁਰਾਂ ਤੇਜ਼ ਹੋ ਗੰਗਾ ਹਨ ਤੇ ਅੱਜ ਪੰਜਾਬ ਕਾਂਗਰਸ ਨੇ ਜਲੰਧਰ ਪੱਛਮੀ ਤੋਂ ਸਾਬਕਾ ਵਿਧਾਇਕ ਸ਼ਸ਼ੀਲਾ ਰੈਂਕ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਤੇ ਪਾਰਟੀ ਨੇ ਕਿਹਾ ਕਿ ਸ਼ਸ਼ੀਲਾ ਰੈਂਕ ਨੂੰ ਪਾਰਟੀ ਵਿਰੋਧੀ ਕਾਰਵਾਈ ਕਰਕੇ ਕੱਢਿਆ ਗਿਆ ਹੈ ਤੇ ਚਰਚਾ ਇਹ ਹੈ ਕਿ ਸ਼ਸ਼ੀਲਾ ਰੈਂਕ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਦਿੱਲੀ ਦੇ ਰਾਮ ਲੀਲਾ ਮੈਦਾਨ ਦੇ ਵਿੱਚ ਇੱਕ ਵਾਰ ਮੋੜ ਇਕੱਠ ਹੋਏ ਕਿਸਾਨਾਂ ਤੇ ਮਜ਼ਦੂਰਾਂ ਯਾ ਦੋਸਤੋ ਰਾਮ ਲੀਲਾ ਮੈਦਾਨ ਦੇ ਵਿੱਚ ਮਜ਼ਦੂਰਾਂ ਕਿਸਾਨਾਂ ਸੰਘਰਸ਼ ਰੈਲੀ ਇੱਕ ਵਾਰ ਫਿਰ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਵੀ ਸੰਯੁਕਤ ਕਿਸਾਨ ਮੋਰਚਾ ਦੇ ਵੱਲ ਇਸੇ ਮੈਦਾਨ ਦੇ ਵਿੱਚ ਰੈਲੀ ਦਾ ਆਯੋਜਨ ਕੀਤਾ ਗਿਆ ਤੇ ਪਰ ਬੁੱਧਵਾਰ ਅੱਜ 5 ਅਪ੍ਰੈਲ ਨੂੰ ਰਾਮ ਲੀਲਾ ਮੈਦਾਨ ਦੇ ਵਿੱਚ ਮਜ਼ਦੂਰਾ ਕਿਸਾਨ ਸੰਗਠਨ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਦੇਖਦੇ ਬੱਕ-ਬੱਕ ਰਾਜਾ ਤੋਂ ਕਿਸਾਨ ਮਜ਼ਦੂਰ ਦਿੱਲੀ ਪਹੁੰਚਾਰੇ ਹਨ ਰੈਲੀ ਨੂੰ ਲੈ ਕੇ ਬਦਲੇ ਕਈ ਰੂਟ ਉੱਤੇ ਦਿੱਲੀ ਦੇ ਰਾਮ ਲੀਲਾ ਮੈਦਾਨ ਤੱਕ ਪਹੁੰਚ ਰਹੇ ਕਿਸਾਨਾਂ ਤੇ ਮਜ਼ਦੂਰਾਂ ਦੀ ਰੈਲੀ ਨੂੰ ਵੇਖਦੇ ਹੋਏ ਕਈ ਦਿੱਲੀ ਟ੍ਰੈਫਿਕ ਆ ਪੁਲਿਸ ਆ ਕਈ ਰੂਟ ਬਦਲੇ ਜਾਂਦੇ ਆ ਇੱਕ ਐਡਵਾਈਜ਼ਰੀ ਆ ਜਾਰੀ ਕੀਤੀ ਗਿਆ ਜਦ ਕਿ ਆ ਕਈ ਰਸਤੇ ਬੰਦ ਕੀਤੇ ਗਿਆ ਤੇ ਦਿੱਲੀ ਟ੍ਰੈਫਿਕ ਆ ਪੁਲਿਸ ਦੇ ਅਨੁਸਾਰ ਲੋਕਾਂ ਨੂੰ ਵੀ ਇਹ اپੀਲ ਕੀਤੀ ਗਿਆ ਕਿ ਜਿਹੜੇ ਲੋਕਾ ਪਹਾੜ ਗੰਜ ਚੌਂਕ ਕੇਜੀ ਮਾਰਗ ਮਿੰਟੂ ਰੋਡ 12 ਖੰਬਾ ਅਤੇ ਜਨਪਾਤ ਵੱਲੋਂ ਆ ਰਹੇ ਹਨ ਤੇ ਉਹ ਇਹਨਾਂ ਰਸਤਿਆਂ ਉੱਤੋਂ ਜਾਣ ਤੋਂ ਬਚਾ ਕਰਨ ਕਿਉਂਕਿ ਰੈਲੀ ਦੇ ਕਾਰਨ ਜਾਮ ਦੀ ਸਮੱਸਿਆ ਹੋ ਸਕਦੀ ਹੈ ਤੇ ਹਦੇ ਨਾਲ ਹੀ ਰਾਮ ਲੀਲਾ ਮੈਦਾਨ ਦੇ ਆਲੇ ਦੁਆਲੇ ਪਾਰੀ ਗੰਤੇ ਵਿੱਚ ਅਰਧ ਸੈਨਿਕ ਬਲ ਪੁਲਿਸ ਅਤੇ ਜਵਾਨ ਅਤੇ ਆ ਟ੍ਰੈਪ ਕਾ ਪੁਲਿਸ ਹਮਲਾਇਮਾ ਨੂੰ ਤਾਇਨਾਤ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਪਰੇਸ਼ਾਨੀ ਪੇਸ਼ ਨਾ ਆਵੇ ਕਿਸਾਨਾਂ ਮਜ਼ਦੂਰਾਂ ਨਵੇਂ ਪੀਐਮ ਨੂੰ ਕੀਤਾ ਸਵਾਲ ਦੱਸਦੇ ਕਿ ਇਸ ਪ੍ਰਦਰਸ਼ਨ ਦਾ আয়োজন সেন্টਰ ਆਫ ਇੰਡੀਆਨ ਟ੍ਰੇਡ ਯੂਨੀਅਨ 올 ਇੰਡੀਆ ਸਭਾ ਕਿਸਾਨਾਂ ਤੇ 올 ਇੰਡੀਆ ਐਗਰੀਕਲਚਰ ਵਰਕਰ ਜੂਨੀਅਨ ਦੁਆਰਾ ਕੀਤਾ ਜਾ ਰਿਹਾ ਤੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਗਿਆ ਕਿ 2 ਕਰੋੜ ਲੋਕਾਂ ਨੂੰ ਨੌਕਰੀ ਦੇਣ ਦਾ ਆਵਾਦਾ ਕੀਤਾ ਤੇ ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਉਹ ਨੌਕਰੀਆਂ ਕਿੱਥੇ ਗਈਆਂ ਤੇ ਕਿੰਨੇ ਲੋਕਾਂ ਨੂੰ ਨੌਕਰੀ ਦਿੱਤੀ ਗਈ ਤੇ ਅੱਜ ਦਿਹਾੜੀ ਮੈਦੂਰਾਂ ਦਾ ਇੱਕ ਵੱਡਾ ਆ ਮੁੱਦਾ ਅੱਭੀ ਐਸ ਦੇਸ਼ ਬਚਾਤੇ ਕਾਬਲੇ ਜਿਕਰ ਹੈ ਕਿ ਜਦੋਂ ਕਿਸਾਨਣੀ ਮਹਾਪੰਚਾਇਤ ਕੀਤੀ ਸੀ ਤੇ ਉਸ ਸਮੇਂ ਵੀ ਦਿੱਲੀ ਟ੍ਰੈਪ ਕਾ ਪੁਲਿਸ ਦੇ ਵੱਲੋਂ ਰਾਮਲੀਲਾ ਮદાન ਵੱਲ ਆਉਣ ਵਾਲੇ ਰਸਤਿਆਂ ਦੇ ਰੂਟ ਐ ਬਦਲੇ ਗਏ ਤੇ ਕੁਝ ਬੰਦ ਕਰ ਦਿੱਤੇ ਗਏ ਸਨ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਆ ਪੇਸ਼ ਨਾ ਆਵੇ कोरोना वायरस दी आ गई लहर। देश ਦੇ ਵਿੱਚ ਆ করোনা ਦੇ 4435 ਨਵੇਂ ਮਾਮਲੇ ਦਰਜ। ਇੱਕ ਟਾਵਾ ਕੇਸ 7000 ਤੋਂ ਪਾਰ। ਜੀ ਆਂ ਦੋਸਤੋ ਤੁਹਾਡੀ ਜ਼ਿੰਦਗੀ ਦੀ ਰਫ਼ਤਾਰ ਨੂੰ ਰੋਕ ਦੇਣ ਵਾਲਾ করোনা ভাইরাস ਵਾਪਸ ਆ ਗਿਆ ਤੇ ਇਸ ਵਿੱਚ ਹਰ ਰੋਜ਼ করোনা ਦੇ ਮਾਮਲੇ ਵਧ ਰਹੇ ਹਨ ਤੇ করোনা ਦੇ ਰੋਜ਼ਾਨਾ ਮਾਮਲੇ ਹੋਣਾ 4000 ਨੂੰ ਪਾਰ ਕਰ ਗਏ ਹਨ ਤੇ ਇਸ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ করোনা ਦੇ 4435 ਨਵੇਂ ਮਾਮਲੇ ਸਾਹਮਣੇ ਆਏ ਹਾਂ ਤੇ ਵੱਡੀ ਗੱਲ ਇਹ ਹੈ ਕਿ ਐਕਟਵਾ ਕੇਸਾਂ ਦੀ ਗਿਣਤੀ ਹਣ 23000 ਨੂੰ ਪਾਰ ਕਰ ਚੁੱਕੀ ਹੈ ਪੀਐਮ ਮੋਦੀ ਤੇ ਸੀਐਮ ਯੋਗੀ ਨੂੰ ਮਿਲੇ ਜਾਨੋਂ ਮਾਰਨ ਦੇ ਧਮਕੀ ਲਾਸਟ ਬੈਚ ਹੋਰ ਵੀ ਨਾ ਸ਼ਾਮਲਾ ਜਾਂਚ ਦੇ ਵਿੱਚ ਜੁਟੇ ਨੁਆਇਡਾ ਪੁਲਿਸ ਤਾਂ ਦੋਸਤੋ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆ ਤੇ ਨੁਆਇਡਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਥਾਣਾ ਸੈਕਟਰ 20 ਦੇ ਵਿੱਚ ਇੱਕ ਨਿਊਜ਼ ਹੈ ਚੈਨਲ ਦੇ ਅਧਿਕਾਰੀ ਨੇ ਰਿਪੋਰਟ ਦਾਇਰ ਕਰਵਾਈ ਹੈ ਕਿ ਅਣਪਛਾਤੇ ਬਦਮਾਸ਼ਾਂ ਨੇ ਉਸਦੀ ਕੰਪਨੀ ਦੇ ਚੀਫ ਫਾਈਨੈਂਸ ਅਫਸਰ ਨੂੰ ਈਮੇਲ ਭੇਜੀ ਅਤੇ ਈਮੇਲ ਦੇ ਰਾਹੀਂ ਬਦਮਾਸ਼ਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸਮੇਤ ਕਈ ਹੋਰ ਅਹਿਮ ਲੋਕਾਂ ਦੇ ਹੱਤਿਆ ਕਰਨ ਦੇ ਧਮਕੀ ਦਿੱਤੇ ਹੈ ਨੋਇਡਾ ਪੁਲਿਸ ਨੂੰ ਹੁਣ ਸराग ਮਿਲਿਆ ਤੇ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਗਲੀ ਖਬਰ ਹੈ ਬਰਨਾਲਾ ਦੇ ਬੈਚਾ ਡਰਾਈਵਰ ਦੇ ਅੱਖ ਲੱਗਣ ਦੇ ਕਾਰਨ ਵਾਪਰਿਆ ਵੱਡਾ ਹਾਦਸਾ ਟਰੱਕ ਨੇ ਕੁਚਲੇ ਤਿੰਨ ਵਾਹਨ ਤਾਂ ਦੋਸਤੋ ਵੱਡੀ ਖਬਰ ਆ ਚੁੱਕੀ ਹੈ ਜੇ ਬਰਨਾਲਾ ਲੁਧਿਆਣਾ ਮੁੱਖ ਮਾਰਗ ਤੇ ਕਸਬਾ ਮਹਿਲਕਲਾਂ ਦੇ ਬੱਸ ਸਟੈਂਡ ਦੇ ਨਜ਼ਦੀਕ ਇੱਕ ਟੈਂਪੋ ਦੇ ਵੱਲੋਂ ਕਾਰ ਸਕੂਟਰ ਅਤੇ ਮੋਟਰਸਾਈਕਲ ਨੂੰ ਕੁਚਲੇ ਜਾਣ ਦਾ ਸਮਾਚਾਰ ਮਿਲਿਆ ਹੈ ਜਾਣਕਾਰ ਦੇ ਮੁਤਾਬਕਾ ਬਰਨਾਲਾ ਸਾਈਡ ਤੋਂ ਇੱਕ ਟੈਂਪੋ ਟਰੱਕ ਆ ਰਿਹਾ ਸੀ ਜੋ ਕਿ ਤਪਾ ਤੋਂ ਚੌਲਾਂ ਦੇ ਫਾਕਾ ਭਰ ਕੇ ਰਾਏਕੋਟ ਵੱਲ ਨੂੰ ਜਾ ਰਿਹਾ ਤੇ ਇਸ ਦੌਰਾਨ ਜਦ ਉਹ ਕਸਬਾ ਮਹਿਲ ਕਲਾਂ ਬੇਕੇ ਪਹੁੰਚਿਆ ਤਾਂ ਡਰਾਈਵਰ ਦੇ ਅੱਖ ਲੱਗਨ ਦੇ ਕਾਰਨ ਬੇਕਾਬੂ ਟਰੱਕ ਨੇ ਸੜਕ ਦੇ ਕੰਡੇ ਖੜੀ ਆਲਟੋ ਕਾਰ ਐਕਟ ਬਾਅਦ ਤੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਜਿਸ ਕਾਰਨ ਤਿੰਨ ਵਾਹਨ ਬੁਰੇ ਤਰ੍ਹਾਂ ਦੇ ਨਾਲ ਚੱਕਣਾ ਚੂਰ ਹੋ ਗਏ ਤੇ ਕਾਰ ਵਿੱਚ ਕੋਈ ਸਵਾਰੀ ਨਾ ਹੋਣ ਦੇ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਾਕਿਸਤਾਨ ਦੇ ਵਿੱਚ ਗੁਰਧਾਮ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਲਈ ਅਹਿਮ ਖਬਰ ਵਸਾਕੀ ਮੌਕੇ ਪਾਕਿਸਤਾਨ ਸਤਿਤਾ ਗੁਰਧਾਮਾ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂਾਂ ਦੇ ਲਈ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਨੇ ਇੱਕ ਮੀਡੀਆ ਚੈਨਲ ਤੇ ਜਾਣਕਾਰ ਦਿੱਤਾ ਕਿ ਗੁਰਧਾਮਾ ਦੀ ਯਾਤਰਾ ਤੇ ਜਾਣ ਵਾਲੇ ਹਰੇਕ ਸ਼ਰਧਾਲੂ ਤੋਂ ਬਸ ਖਰਚ ਦੇ ਕਰੀਬ 4000 ਰੁਪਏ ਭਾਰਤੀ ਰੁਪਏ ਵਸੂਲੇ ਜਾਣਗੇ ਤੇ ਇਹ ਸਾਰਾ ਖਰਚ ਦੇ ਵਿੱਚ ਯਾਤਰੀਆਂ ਨੂੰ ਬਸ ਸਫ਼ਰ ਦੇ ਦੌਰਾਨ ਬਿਸਕਟਾ, ਚਿਪਸ, ਅਦੇ ਪੈਕੇਟ ਅਤੇ ਠੰਡੇ ਪਾਣੀ ਦੀਆਂ ਬੋਤਲਾਂ ਆਦਵੀ ਮੁਹਈਆ ਕਰਵਾਈਆਂ ਜਾਣਗੀਆਂ ਅਗਲੀ ਵੱਡੀ ਖਬਰ ਅੱਜ ਨਹੀਂ ਬਲਕਿ ਇਸ ਦਿਨ ਆਵੇਗਾ ਪੰਜਵੀਂ ਜਮਾਤ ਦਾ ਨਤੀਜਾ ਜਿहां ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਇਸ ਸਾਲ ਲਈ ਗਈ ਪੰਜਵੀਂ ਜਮਾਤ ਦੇ ਸਾਲਾਨਾ ਪ੍ਰੀਖਿਆ ਦਾ ਨਤੀਜਾ ਅੱਜ ਕੁਝ ਤਕਨੀਕੀ ਕਾਰਨਾ ਕਰਕੇ ਐਲਾਨਿਆ ਨਹੀਂ ਜਾ ਸਕਿਆ ਤੇ ਪਹਿਲਾਂ ਕਿਹਾ ਸਲਗਾਈ ਜਾ ਰਹੇ ਸਨ ਕਿ ਇਹ ਨਤੀਜਾ ਅੱਜ 5 ਅਪ੍ਰੈਲ ਨੂੰ ਐਲਾਨਾ ਜਾਵੇਗਾ ਸਿੱਖਿਆ ਬੋਰਡ ਦੇ ਸੂਤਰਾਂ ਦਾ ਕਹਿਣਾ ਹੈ ਕਿ ਕੁਝ ਤਕਨੀਕੀ ਕਾਰਨਾ ਕਰਕੇ ਇਹ ਨਤੀਜਾ ਹਜੇ ਤੱਕ ਪੂਰੇ ਤਰ੍ਹਾਂ ਤਿਆਰ ਨਹੀਂ ਹੋ ਸਕਿਆ ਤੇ ਜਿਸ ਕਾਰਨ ਵਿਦਿਆਰਥੀ ਸ਼ਾਇਦ 7 ਅਪ੍ਰੈਲ ਨੂੰ ਪੰਜਵੇਂ ਜਮਾਤਦਾਨ ਤੇ ਜਾ ਦੇਖ ਸਕਣਗੇ ਤੇ ਛੁੱਟੀਆਂ ਹੋਣ ਦੇ ਕਾਰਨ ਨਤੀਜਾ ਵੀ ਲੇਟ ਹੋ ਰਿਹਾ ਤੇ ਉਸ ਤੋਂ ਇਲਾਵਾ ਵਿਦਿਆਰਥੀਆਂ ਦਾ ਪ੍ਰੈਕਟੀਕਲ ਵੀ ਕਾਫੀ ਦੇਰੀ ਦੇ ਨਾਲ ਆ ਪੂਰਾ ਹੋਇਆ ਤੇ ਪਤਾ ਲੱਗਾ ਕਿ ਨਤੀਜਾ ਤਿਆਰ ਕਰਕੇ ਪ੍ਰਬੰਾਨਗੀ ਲਈ ਸਿਖਿਆ ਬੋਰਡ ਦੇ ਚੇਅਰਮੈਨ ਦੇ ਕੋਲ ਆ ਭੇਜ ਦਿੱਤਾ ਗਿਆ ਤੇ ਹਜੇ ਜਿਨ੍ਹਾਂ ਨੇ ਹਜੇ ਤੱਕ ਕੋਈ ਪ੍ਰਬੰਾਨਗੀ ਨਹੀਂ ਦਿੱਤੀ ਹੈ ਪੀਆਰਟੀਸ ਨੇ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਲਈ ਬੱਸ ਅੱਡਾ ਫੀਸ ਵਧਾਈ ਤਾਂ ਦੋਸਤੋ ਪੀਆਰਟੀਸ ਵਿਭਾਗ ਨੇ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਬੱਸ ਅਡੇ ਦੀਆਂ ਫੀਸਾਂ ਨੇ ਵਾਚਿਆ ਵਾਅਦਾ ਕਰ ਦਿੱਤਾ ਤੇ ਇਸ ਕੰਨ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਤੇ ਬਟਿੰਡਾ ਪ੍ਰਾਈਵੇਟ ਬੱਸ ਆਪਰੇਟਰਾਂ ਨੇ ਆਪਣਾ ਰੋਣਾ ਰੋਂਦੇ ਹੋਏ ਕਿ ਆਕੇ ਮਹਿੰਗੇ ਡੀਜ਼ਲ ਦੇ ਭਾਅ ਅਤੇ ਕੁਰੂਨਾ ਤੋਂ ਬਾਅਦ ਉਹਨਾਂ ਦੀ ਹਾਲਤ ਪਹਿਲਾਂ ਹੀ ਪਤਲੀ ਹੋਈ ਪਈ ਆ ਤੇ ਇਨਾ ਬढ़े ਹੋਏ ਰੇਟਾਂ ਦੇ ਨਾਲ ਉਹਨਾਂ ਤੇ ਹੋਰ ਆਰਥਿਕ ਬੋਝ ਆ ਪਾ ਦਿੱਤਾ ਗਿਆ ਤੇ ਉਹਨਾਂ ਨੇ ਐਲਾਨ ਕੀਤਾ ਕਿ ਜੇਕਰ ਫੀਸਾਂ ਦੇ ਵਿੱਚ ਕੋਈ ਰਾਹਤ ਨਾ ਮਿਲ ਸਕੀ ਤਾਂ ਪ੍ਰਾਈਵੇਟ ਬੱਸ ਆਪਰੇਟਰ ਸ਼ਿੰਗਾਰਸ਼ ਦੇ ਰਾਤੇ ਪੈ ਸਕਦੇ ਹਨ ਪਟਿਆਲਾ ਤੋਂ ਸ਼ੁਰੂ ਹੋਈ ਸੀਐਮ ਦੀ ਯੋਗਸ਼ਾਲਾ ਮਾਨ ਬੋਲੇ ਦਿੱਲੀ ਵਿੱਚ ਤਾਂ ਰੋਕ ਦਿੱਤੀ ਪੰਜਾਬ ਦੇ ਵਿੱਚ ਕੌਣ ਰੁਕੋ ਜੀ ਆਹ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਸੁਭਿਧੀ ਜਨਤਾ ਦੇ ਤੰਦਰੁਸਤ ਸਿਹਤ ਦੇ ਲਈ ਉਲੇਖੇ ਗਏ ਪ੍ਰੋਗਰਾਮ ਸੀਯਮਦੀ ਯੋਗ ਸ਼ਾਲਾ ਦੀ ਸ਼ੁਰੂਆਤ ਅੱਜ ਦਿੱਲੀ ਦੇ ਮੱਖ ਮੰਤਰੀ ਅਰਵਿੰਦ ਕੇਰੀਵਾਲ ਦੇ ਵੱਲੋਂ ਪਟਿਆਲਾ ਵਿੱਚ ਕਰ ਦਿੱਤੀ ਗਈ ਹੈ। ਸੀਐਮ ਦੀ ਯੋਗ ਸ਼ਾਲਾ ਦੇ ਉਦਘਾਟਨੀ ਪ੍ਰੋਗਰਾਮ ਦੇ ਵਿੱਚ ਮੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਸੀਯਮਦੀ ਯੋਗ ਸ਼ਾਲਾ ਦੀ ਸ਼ੁਰੂਆਤ ਦਿੱਲੀ ਵਿੱਚ ਕੀਤੀ ਗਈ ਸੀ। ਦਿੱਲੀ ਵਿੱਚ ਜਦੋਂ ਇਹਦੀ ਸ਼ੁਰੂਆਤ ਕੀਤੀ ਗਈ ਤਾਂ ਵੱਡੇ ਪੱਧਰ ਤੇ ਇਸ ਦੀ ਮੰਗ ਹੋਈ ਤੇ ਇਸ ਕਾਰਨ ਐਲਜੀ ਬਕਾਇਦਾ ਇਸ ਤੇ ਰੋਕ ਲਗਾਉਣੀ ਪਈ। ਅੱਜ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਇੱਕ ਵਧੀਆ ਉਪਰਾਲਾ ਹੈ ਤੇ ਦਿੱਲੀ ਦੇ ਵਿੱਚ ਤਾਂ LG ਨੇ ਰੋਕ ਲਗਾ ਦਿੱਤੀ ਹੈ ਪਰ ਪੰਜਾਬ ਦੇ ਵਿੱਚ ਕੌਣ ਰੋਕ ਸਕਦਾ ਹੈ? ਮੁੱਖ ਮੰਤਰੀ ਨੇ ਕਹਿ ਕੇ ਪੰਜਾਬ ਸਰਕਾਰ ਦੇ ਵੱਲੋਂ ਬਕਾਇਦਾ ਨੰਬਰ ਵੀ ਜਾਰੀ ਕੀਤਾ ਜਾਵੇਗਾ ਸਿਰਫ ਇੱਕ ਮਿਸਕਾਲ ਤੇ ਤੁਹਾਡੇ ਕੋਲ ਯੋਗਾ ਦਾ ਟ੍ਰੇਨਰ ਪਹੁੰਚ ਜਾਵੇਗਾ ਤੇ ਜਿੱਥੇ ਵੀ 2 ਤੋਂ 25 ਬੰਦੇ ਕਹਿਣਗੇ ਤੇ ਉੱਥੇ ਇਹ ਯੋਗਸ਼ਾਲਾ ਸ਼ੁਰੂ ਕਰ ਦਿੱਤੀ ਜਾਵੇਗੀ। ਕਣਕ ਦੇ ਸਮਰਥਨ ਮੁੱਲ ਦੇ ਵਿੱਚ 300 ਰੁਪਏ ਦਾ ਕੀਤਾ ਜਾਵੇ ਵਾਅਦਾ ਡਾਕਟਰ ਅਮਰ ਸਿੰਘ ਫਤਿਹਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੂਮਰ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਇਸ ਦੌਰਾਨ ਉਹਨਾਂ ਨੇ ਬੇਮੌਸਮੀ ਬਰਸਾਤ ਦੇ ਕਾਰਨ ਫਸਲਾਂ ਦੇ ਹੋਏ ਭਾਰੀ ਨੁਕਸਾਨ ਦੇ ਮੱਦੇਨਜ਼ਰ ਉਹਨਾਂ ਨੂੰ ਕਣਕ ਦੇ ਸਮਰਥਨ ਮੁੱਲ ਦੇ ਵਿੱਚ 300 ਰੁਪਏ ਦਾ ਵਾਅਦਾ ਕਰਨ ਅਤੇ ਪੀੜਤ ਪਰਿਵਾਰਾਂ ਦੇ ਲਈ 40 ਤੋਂ ਲੈ ਕੇ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਮਨਜ਼ੂਰਾ ਕਰਨ ਦੇ ਅਪੀਲ ਕੀਤੇ ਹੈ ਡਾਕਟਰ ਸਿੰਘ ਨੇ ਮੰਤਰੀ ਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਮਾਰਚ ਮਹੀਨੇ ਦੌਰਾਨ ਹੋਈ ਬੇਮੌਸਮੀ ਬਰਸਾਤ ਦੇ ਕਾਰਨ ਖੜੀ ਕਣਕ ਦੇ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੇ ਪਹਿਲਾ ਮਾਰਚ ਦੇ ਸ਼ੁਰੂ ਦੇ ਵਿੱਚ ਤਾਪਮਾਨ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ ਤੇ ਜਾਂਦੇ ਕਾਰਨ ਕਿ ਸਾਨੂੰ ਪਿਛਲੇ ਸਾਲ ਦੇ ਉਤਾਰਜ ਤੇ ਝਾੜ ਘਟਣ ਦਾ ਡਰ ਸੀ ਹਾਲਾਂਕਿ ਪੰਜਾਬ ਦੇ ਵਿੱਚ ਮਾਰਚ ਦੇ ਅੱਧ ਤੋਂ ਬਾਅਦ ਲਗਭਗ ਲਗਾਤਾਰ ਕਬੇ ਮਾਸ ਮੀ ਮੀ ਪੈਨ ਦੇ ਕਾਰਨ ਸਥਿਤੀ ਹੋਰ ਬੇਬੱਤਰ ਹੋ ਗਈ ਹੈ। ਅਗਲੀ ਖਬਰ ਸਾਂਝੇ ਮਜ਼ਦੂਰਾਂ ਮੋਰਚੇ ਦੇ ਵੱਲ 8 ਮਈ ਨੂੰ ਜਲੰਧਰ ਦੇ ਵਿੱਚ ਪੰਜਾਬ ਸਰਕਾਰ ਦੇ ਵਿਰੁੱਧ ਸੂਬਾਈ ਰੈਲੀ ਕਰਨ ਦਾ ਐਲਾਨ। ਪਿੰਡੋ ਤੇ ਖੇਤਾ ਮਜ਼ਦੂਰਾ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਵੱਲੋਂ ਜਲੰਧਰ ਜਿਮਣੀ ਚੋਣ ਦੇ ਦੌਰਾਨ ਭਗਵੰਤ ਮਾਨ ਸਰਕਾਰ ਦੀਆਂ ਮਜ਼ਦੂਰਾ ਵਿਰੋਧੀ ਨੀਤੀਆਂ ਤੇ ਦਲਤਾਂ ਪ੍ਰਤੀ ਬਤ ਕਰੇ ਬਾਜੀ ਦਾ ਪਰਦਾਫਾਸ਼ ਕਰਨ ਦੇ ਲਈ 8 ਮਈ ਨੂੰ ਜਲੰਧਰ ਵਿਖੇ ਸੂਬਾ ਇਰੇਲੀ ਕਰਨ ਦਾ ਐਲਾਨ ਕੀਤਾ ਹੈ ਮਜ਼ਦੂਰ ਆਗੂਆਂ ਦਾ ਕਹਣਾ ਹੈ ਕਿ ਰੈਲੀ ਅਤੇ ਮੁਜਾਹਰਾ ਕਰਕੇ ਪੰਜਾਬ ਸਰਕਾਰ ਅਤੇ ਅਕਾਲੀ ਕਾਂਗਰਸੀ ਅਤੇ ਬੀਜੇਪੀ ਅਤੇ ਹੋਰ ਲੋਕ ਅਬਰੋਧੇ ਪਾਰਟੀਆਂ ਦਾ ਪਰਦਾਫਾਸ਼ ਕਰਦਿਆਂ ਮਜ਼ਦੂਰਾਂ ਨੂੰ ਆਪਣਾ ਏਕਾ ਕਾਇਮ ਰੱਖਣ ਦਾ ਹੱਕ ਹੀ ਮੰਗਿਆਂ ਦੇ ਪ੍ਰਾਪਤੀ ਦੇ ਲਈ ਸੰਘਰਸ਼ਾਂ ਦੇ ਰਾਹ ਪੈਂਦਾ ਸੱਦਾ ਦਿੱਤਾ ਜਾਵੇਗਾ